ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਵਿੱਚ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੁਆਰਾ ਫੈਸਟੀਵਲ ਆਫ ਲਾਇਬ੍ਰੇਰੀਜ਼ 2023 ਕਰਵਾਇਆ ਗਿਆ, ਜਿਹੜਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਲਾਇਬ੍ਰੇਰੀਆਂ ਦਾ ਇੱਕ ਪਹਿਲਾ ਵੱਡਾ ਮੇਲਾ ਹੈ ਕੌਮੀ ਪੱਧਰ ਦਾ। ਇਸ ਵਿੱਚ ਸਾਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਮਾਣਯੋਗ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਜੀ IAS ਜੀ ਦੀ ਅਗਵਾਈ ਹੇਠ ਇਹ ਮੇਲਾ ਦੇਖਣ ਦਾ ਮੌਕਾ ਮਿਲਿਆ। ਇਸ ਮੇਲੇ ਦੇ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਉਹਨਾਂ ਨੇ ਸ਼ਮੂਲੀਅਤ ਕੀਤੀ ਅਤੇ ਇਸਦਾ ਉਦਘਾਟਨ ਕੀਤਾ। ਇੱਥੇ ਦੂਜਾ ਦਿਨ ਹੈ ਦੇਖਣ ਨੂੰ ਮਿਲਿਆ ਕਿ ਜਿਹੜਾ ਲਾਇਬ੍ਰੇਰੀ ਸੱਭਿਆਚਾਰ ਹੈ ਪੁਸਤਕਾਂ ਦੇ ਨਾਲ ਮੋਹ ਪੈਦਾ ਕਰਨ ਦੇ ਲਈ ਅਤੇ ਪੁਸਤਕਾਂ ਦੇ ਰਾਹੀਂ ਆਪਣੇ ਸੂਬੇ ਨੂੰ ਵਧੀਆ ਖੁਸ਼ਹਾਲ ਬਣਾਉਣ ਦੇ ਲਈ ਆਪਣੀ ਸ਼ਖਸੀਅਤ ਦਾ ਨਿਖਾਰ ਕਰਨ ਦੇ ਲਈ ਕਿਤਾਬਾਂ ਨਾਲ ਪਿਆਰ ਪਾਉਣ ਦੇ ਲਈ ਕਿਤਾਬਾਂ ਨੂੰ ਪੜ੍ਹਨ ਦੇ ਲਈ ਜਿਹੜਾ ਰੁਝਾਨ ਵਧਾਉਣ ਦੇ ਲਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਰ ਘਰ ਲਾਇਬ੍ਰੇਰੀ ਦੇ ਸੱਭਿਆਚਾਰ ਨੂੰ ਪੁਸਤਕ ਸੱਭਿਆਚਾਰ ਨੂੰ ਵਧਾਉਣ ਦੇ ਲਈ ਇਹ ਮੇਲਾ ਇੱਕ ਬਹੁਤ ਹੀ ਪ੍ਰੇਰਣਾਜਨਕ ਮੇਲਾ ਰਿਹਾ। ਔਰ ਇੱਥੇ ਦੇਖਣ ਨੂੰ ਮਿਲਿਆ ਕਿ ਜਿਹੜੀ ਲਾਇਬ੍ਰੇਰੀ ਬਣਾਈ ਜਾਂਦੀ ਹੈ ਬੱਚਿਆਂ ਦੀ ਲਾਇਬ੍ਰੇਰੀ, ਬਜ਼ੁਰਗਾਂ ਦੀ ਲਾਇਬ੍ਰੇਰੀ, ਪਿੰਡਾਂ ਦੀ ਲਾਇਬ੍ਰੇਰੀ ਜਾਂ ਆਮ ਲਾਇਬ੍ਰੇਰੀ, ਉਸਦਾ ਕਲਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਸਦੀ ਸਜਾਵਟ ਦਿੱਖ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਪੁਸਤਕਾਂ ਪ੍ਰਤੀ ਪਿਆਰ ਪੈਦਾ ਹੋਵੇ, ਪੁਸਤਕਾਂ ਨੂੰ ਪੜ੍ਹਨ ਦੀ ਰੁਚੀ ਪੈਦਾ ਹੋਵੇ ਅਤੇ ਇੱਕ ਆਤਮਾ ਨੂੰ, ਮਨ ਨੂੰ ਵੱਖਰੀ ਕਿਸਮ ਦਾ ਸਕੂਨ ਮਿਲੇ। ਭਾਰਤ ਦੇ ਵੱਖ ਵੱਖ ਸੂਬਿਆਂ 'ਚੋਂ ਬਹੁਤ ਸਾਰੇ ਮਾਣਯੋਗ ਅਧਿਕਾਰੀ ਸਾਹਿਬਾਨ ਉਹਨਾਂ ਨੇ ਸ਼ਮੂਲੀਅਤ ਕੀਤੀ ਇਸ ਮੇਲੇ ਦੇ ਵਿੱਚ। ਵੱਡੀ ਤਾਦਾਦ ਦੇ ਵਿੱਚ ਵਿਦਵਾਨ ਲੋਕ ਆਏ, ਉਹਨਾਂ ਦੇ ਲੈਕਚਰ ਵੀ ਹੋਏ ਔਰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਵਿੱਚ ਵੱਖ ਵੱਖ ਤਸਵੀਰਾਂ, ਕਿਤਾਬਾਂ, ਬਾਲ ਸਾਹਿਤ, ਚਿੱਤਰਕਾਰੀ, ਕਈ ਕਿਸਮ ਦੇ ਵੱਖਰੇ ਵੱਖਰੇ ਕਾਰਨਰ ਸਾਨੂੰ ਦੇਖਣ ਨੂੰ ਮਿਲੇ, ਜਿਹੜੇ ਕਿ ਅਸੀਂ ਤੁਹਾਨੂੰ ਵੀ ਦਿਖਾ ਰਹੇ ਹਾਂ ਕਿ ਇਹ ਇਸ ਵੱਡੇ ਲਾਇਬ੍ਰੇਰੀਆਂ ਦੇ ਮੇਲੇ ਦੇ ਵਿੱਚ, ਫੈਸਟੀਵਲ ਆਫ ਲਾਇਬ੍ਰੇਰੀਜ਼ ਦੇ ਵਿੱਚ ਬਹੁਤ ਸਾਰੀਆਂ ਨਵੇਕਲੀਆਂ ਪੈੜਾਂ ਸਨ ਜਿਨ੍ਹਾਂ 'ਤੇ ਚੱਲਣ ਨੂੰ ਸਾਨੂੰ ਇੱਕ ਵੱਖਰੀ ਕਿਸਮ ਦੀ ਦਿਸ਼ਾ ਮਿਲਦੀ ਹੈ। ਆਓ ਆਪਾਂ ਤੁਹਾਨੂੰ ਵੀ ਸਾਰਾ ਦਿਖਾਈਏ, ਸਾਡੇ ਨਾਲ ਤੁਸੀਂ ਜੁੜੇ ਰਹੋਗੇ ਔਰ ਪੁਸਤਕ ਸੱਭਿਆਚਾਰ ਲਾਇਬ੍ਰੇਰੀਆਂ ਦੇ ਇੱਕ ਸੁੰਦਰ ਸੱਭਿਆਚਾਰ ਦੇ ਨਾਲ ਸੰਬੰਧਿਤ ਇਹ ਸਾਰੀ ਜਾਣਕਾਰੀ ਹੈ ਤੁਹਾਡੇ ਕੋਲ ਵੀਡੀਓ ਦੇ ਰੂਪ ਦੇ ਵਿੱਚ, ਲਿੰਗੁਇਸਟਿਕ ਕੈਨਵਸ। ਇਹਦੇ ਵਿੱਚ ਜਿਹੜੇ ਕੋਈ ਵਿਦਵਾਨ ਆਉਂਦੇ ਸਨ ਜਾਂ ਇਸ ਮੇਲੇ ਵਿੱਚ ਆਏ ਸਨ ਆਪਣੇ ਹਸਤਾਖਰ ਕਰਕੇ ਕਿਸੇ ਵੀ ਭਾਸ਼ਾ ਦੇ ਵਿੱਚ ਉਹ ਜਿਹੜੀਆਂ ਕਿ ਚਿੱਤਰਕਾਰਾਂ ਵੱਲੋਂ ਬਣਾਈਆਂ ਕੀਤੀਆਂ ਗਈਆਂ ਨੇ ਉਹ ਇਹਨਾਂ ਦੀਆਂ ਇਸ ਗੈਲਰੀ ਦੇ ਵਿੱਚ ਦੀਵਾਰਾਂ ਦੇ ਰੂਪ ਵਿੱਚ ਸਜਾਈਆਂ ਨੇ ਦਿਖਾਉਣ ਦੇ ਲਈ ਕਿ ਲਾਇਬ੍ਰੇਰੀ ਦੇ ਵਿੱਚ ਉਸਦਾ ਸੁੰਦਰੀਕਰਨ ਦੇ ਲਈ ਇਹ ਚੀਜ਼ਾਂ ਦਾ ਹੋਣਾ ਵੀ ਜ਼ਰੂਰੀ ਹੈ। ਲਲਿਤ ਕਲਾ ਅਕੈਡਮੀ ਦੇ ਰੂਪ ਦੇ ਵਿੱਚ ਔਰ ਲਾਇਬ੍ਰੇਰੀਆਂ ਪ੍ਰਤੀ ਮੋਹ ਰੱਖਣ ਵਾਲੇ ਆ ਪਾਰਲੀਮੈਂਟ ਲਾਇਬ੍ਰੇਰੀ ਇੱਕ ਵੇਖਣ ਨੂੰ ਮਿਲੀ ਹੈ ਜਿਸ ਵਿੱਚ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਨ, ਵੱਖ ਵੱਖ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਲਿਟਰੇਚਰ ਸੀਗਾ ਔਰ ਇਹ ਵੀ ਦੇਖਣ ਵਾਲਾ ਸੀਗਾ ਇਹ ਕਾਰਨਰ ਜਿਹੜਾ ਇਹ ਗੈਲਰੀ ਭਾਰਤੀ ਸੰਵਿਧਾਨ ਹਿੰਦੀ 'ਚ ਵੀ ਹੈ, ਅੰਗਰੇਜ਼ੀ 'ਚ ਵੀ ਹੈ, ਪੰਜਾਬੀ 'ਚ ਵੀ ਹੈ
ਔਰ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਇਹ ਸਾਰਾ ਲਿਟਰੇਚਰ ਇੱਥੇ ਮੌਜੂਦ ਸੀ। ਅੱਗੇ ਤੁਸੀਂ ਆ ਦੇਖ ਰਹੇ ਹੋ ਦ ਆਰਟ ਆਫ ਕੈਲੀਗ੍ਰਾਫੀ, ਇਹ ਵੱਖਰਾ ਕਾਰਨਰ ਬਣਾਇਆ ਹੋਇਆ, ਵੱਖਰੀ ਗੈਲਰੀ ਬਣਾਈ ਹੈ। ਇਹ ਤੁਸੀਂ ਦੇਖੋਗੇ ਮੇਰੇ ਨਾਲ ਮਿਸਟਰ ਚਾਂਦ ਸਿੰਘ ਜਿਹੜੇ ਕਿ ਡਿਸਟ੍ਰਿਕਟ ਮੈਨੇਜਰ ਨੇ ਵੱਖ ਵੱਖ ਸਕਿੱਲ ਦੇ ਗੁਰਦਾਸਪੁਰ ਤੋਂ, ਉਹ ਵੀ ਨਾਲ ਨੇ। ਇਹ ਨਾਗਰੀ ਲਿਪੀ ਹੈ, ਉਸ ਲਿਪੀ ਦੀ ਜਿਹੜੇ ਅੱਖਰਾਂ ਦੀ ਸ਼ੁਰੂ ਤੋਂ ਲੈ ਕੇ ਜਿਹੜੀ ਪਛਾਣ ਸੀ ਉਹ ਦਰਸਾਈ ਗਈ ਸੀ। ਆ ਵੱਖ ਵੱਖ ਲਿਪੀਆਂ ਨੇ ਜਿਹਨਾਂ ਦੇ ਵਿੱਚ ਲਿਖਿਆ ਗਿਆ। ਇਹ ਸਾਰੇ ਪੁਰਾਤਨ ਲਿਪੀ ਦੇ ਨਮੂਨੇ ਹਨ ਜਿਨ੍ਹਾਂ ਦੀ ਪ੍ਰਦਰਸ਼ਨੀ ਲਾਇਬ੍ਰੇਰੀਆਂ ਦੇ ਇਸ ਫੈਸਟੀਵਲ ਵਿੱਚ ਲਗਾਈ ਗਈ ਹੈ। ਪਹੁੰਚੇ ਡੈਲੀਗੇਟਾਂ ਵਿੱਚ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ। ਇੱਕ ਹੀ ਸ਼ਬਦ ਨੂੰ ਵੱਖ ਵੱਖ ਲਿਪੀਆਂ ਦੇ ਵਿੱਚ ਲਿਖਿਆ ਗਿਆ, ਜਿਵੇਂ ਮਾਂ ਹੈ ਤੁਸੀਂ ਦੇਖ ਸਕਦੇ ਹੋ। ਸਟੈਂਡਿੰਗ ਡਿਸਪਲੇ ਦੇ ਰੂਪ ਵਿੱਚ ਲਾਇਬ੍ਰੇਰੀ ਦੇ ਵਿੱਚ ਅਸੀਂ ਕਿਵੇਂ ਕਿਸੇ ਵੀ ਕਿਸਮ ਦੀ ਡਿਸਪਲੇ ਨੂੰ ਲਗਵਾ ਸਕਦੇ ਹਾਂ, ਉਸ ਦੇ ਨਮੂਨੇ ਨੇ। ਇਹ ਈ ਲਾਇਬ੍ਰੇਰੀ ਦਾ ਕੰਸੈਪਟ ਹੈ, ਕੰਪਿਊਟਰਾਈਜ਼ਡ ਹੈ, ਕਿਸੇ ਬੁੱਕ ਨੂੰ ਡਿਜੀਟਲ ਲਾਇਬ੍ਰੇਰੀ ਦੇ ਰੂਪ ਦੇ ਵਿੱਚ, ਡਿਜੀਟਲ ਡਾਟੇ ਦੇ ਰੂਪ ਦੇ ਵਿੱਚ ਇੱਥੇ ਉਸਦੀ ਡਿਸਪਲੇ ਲਗਾਈ ਗਈ ਹੈ। ਇਹ ਈ ਬੁੱਕ ਵਾਲਾ ਕੰਸੈਪਟ ਹੈ, ਡਿਜੀਟਲ ਬੁੱਕ ਹੈ, ਡਿਜੀਟਲ ਕਿਤਾਬ ਹੈ, ਔਰ ਉਸ ਨੂੰ ਵੀ ਅਸੀਂ ਦੇਖ ਸਕਦੇ ਹਾਂ ਕਿ ਇੱਕ ਕਿਤਾਬ ਦਾ ਜਿਹੜਾ ਡਿਜੀਟਲ ਡਾਟਾ ਹੈ ਉਹ ਵੀ ਕੰਪਿਊਟਰਾਈਜ਼ਡ ਡਾਟੇ ਦੇ ਰੂਪ ਵਿੱਚ ਇੱਥੇ ਉਸਦੀ ਡਿਸਪਲੇ ਲਗਾਈ ਗਈ ਹੈ। ਕਿਤਾਬ ਹੈ, ਡਿਜੀਟਲ ਹੈ, ਕੰਪਿਊਟਰਾਈਜ਼ ਹੈ, ਔਰ ਵੱਖ ਵੱਖ ਪੰਨੇ ਅਸੀਂ ਇਸ ਤਰੀਕੇ ਦੇ ਨਾਲ ਇੱਧਰ ਉੱਧਰ ਕਰਕੇ ਆਪਣਾ ਪੜ੍ਹ ਸਕਦੇ ਹਾਂ, ਦੇਖ ਸਕਦੇ। ਹੈੱਡਫੋਨ ਹੈ, ਕੋਈ ਵੀਡੀਓ ਹੈ ਵਿੱਚ ਉਹ ਸੁਣ ਵੀ ਸਕਦੇ, ਦੇਖ ਵੀ ਸਕਦੇ ਹਾਂ। ਬਹੁਤ ਵਧੀਆ ਲੇਟੈਸਟ ਈ ਲਾਇਬ੍ਰੇਰੀ ਦਾ ਇਹ ਕੰਸੈਪਟ ਹੈ। ਸੋ ਮਲਟੀਮੀਡੀਆ
ਇਸ ਵਿੱਚ ਸ਼ਾਮਲ ਹੈ। ਇਹ ਮਾਡਲ ਵਿਲੇਜ ਦੇ ਰੂਪ ਦੇ ਵਿੱਚ ਦੱਸਿਆ ਗਿਆ ਕਿ ਪਿੰਡਾਂ ਦੇ ਵਿੱਚ ਅਸੀਂ ਕਿਸੇ ਲਾਇਬ੍ਰੇਰੀ ਨੂੰ ਕਿਵੇਂ ਵਿਕਸਿਤ ਕਰ ਸਕਦੇ ਹਾਂ, ਉਸ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕੰਸੈਪਟ ਦੇ ਸਕਦੇ ਹਾਂ, ਬੈਠਣ ਦਾ ਪ੍ਰਬੰਧ ਕਿਵੇਂ ਹੋ ਸਕਦਾ ਲੋਕਾਂ ਦੇ ਲਈ, ਕਾਨਫਰੰਸ ਰੂਮ ਦਾ ਕੰਸੈਪਟ ਹੈ, ਵਾਲ ਪੇਪਰ ਨੇ ਸੋਹਣੇ ਸੋਹਣੇ, ਕਿਵੇਂ ਸਜਾਵਟ ਅਸੀਂ ਲਾਇਬ੍ਰੇਰੀ ਦੀ ਕਰ ਸਕਦੇ ਹਾਂ, ਕਿਵੇਂ ਕਾਰਨਰ ਬਣਾ ਸਕਦੇ ਹਾਂ, ਸੋ ਉਸ ਦੀ ਖੂਬਸੂਰਤੀ ਨੂੰ ਦੇਖ ਸਕਦੇ ਹਾਂ। ਜ਼ਿਆਦਾ ਹਲਕੇ ਰੰਗ ਦੇ ਰੰਗ ਦੀਵਾਰਾਂ ਨੂੰ ਕੀਤੇ ਗਏ ਨੇ, ਜਿਵੇਂ ਵਾਈਟ ਹੈ, ਕਰੀਮ ਹੈ, ਤਾਂ ਕਿ ਅੱਖਾਂ ਨੂੰ ਚੰਗਾ ਲੱਗੇ, ਦੇਖਣ ਨੂੰ ਵਧੀਆ ਲੱਗੇ, ਮਨ ਨੂੰ ਸ਼ਾਂਤੀ ਮਿਲੇ। ਵਰਚੁਅਲ ਰਿਐਲਿਟੀ ਇਹ ਲੇਟੈਸਟ ਕੰਸੈਪਟ ਹੈ ਲਾਇਬ੍ਰੇਰੀ ਦਾ, ਜਿਸ ਵਿੱਚ ਵਰਚੁਅਲ ਰੂਪ ਦੇ ਵਿੱਚ ਅਸੀਂ ਦੇਖ ਸਕਦੇ ਹਾਂ। ਚਿਲਡਰਨ ਜ਼ੋਨ ਹੈ ਕਿ ਬੱਚਿਆਂ ਦੇ ਲਈ ਜਿਹੜੀ ਲਾਇਬ੍ਰੇਰੀ ਬਣਾਈ ਜਾਂਦੀ ਹੈ, ਉਸ ਵਿੱਚ ਕਿੱਦਾਂ ਦੇ ਕੰਸੈਪਟ, ਕਿੱਦਾਂ ਦੀ ਚਿੱਤਰਕਾਰੀ, ਕਿੱਦਾਂ ਦੀ ਪੇਂਟਿੰਗ ਹੋ ਸਕਦੀ ਹੈ ਤੁਸੀਂ ਦੇਖ ਸਕਦੇ ਹੋ। ਸੋ ਇਸ ਤਰੀਕੇ ਦਾ ਇਹ ਇੱਕ ਨਮੂਨਾ ਹੈ ਬਾਲ ਲਾਇਬ੍ਰੇਰੀ ਬਣਾਉਣ ਦੇ ਲਈ, ਉਹਨਾਂ ਦੇ ਬੈਠਣ ਦੇ ਲਈ ਉਹਨਾਂ ਕੋਲ ਕਿਹੜੀਆਂ ਐਕਟੀਵਿਟੀਜ਼, ਕਿਰਿਆਵਾਂ ਕਰਵਾਈਆਂ ਜਾ ਸਕਦੀਆਂ ਨੇ। ਪੇਂਟਿੰਗ ਹੋਰ ਹੈ, ਕਿਉਂਕਿ ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਸੰਗ੍ਰਹਿ ਨਹੀਂ ਹੁੰਦਾ, ਇਹ ਗਿਆਨ ਦਾ ਐਕਟੀਵਿਟੀ ਕੇਂਦਰ ਹੁੰਦਾ। ਸੋ ਇਸ ਤਰ੍ਹਾਂ ਦੇ ਕੰਸੈਪਟ ਦਿੱਤੇ ਨੇ ਜਿਹੜੇ ਅਸੀਂ ਬੱਚਿਆਂ ਕੋਲੋਂ ਉਸ ਚਿਲਡਰਨ ਲਾਇਬ੍ਰੇਰੀ ਦੇ ਵਿੱਚ ਕਰਵਾ ਸਕਦੇ ਹਾਂ, ਜਿਵੇਂ ਸਟੈਂਪਿੰਗ ਦੇ ਰਾਹੀਂ ਕਾਰਡ ਨੂੰ ਪੋਸਟ ਕਰਨਾ, ਕਿਵੇਂ ਪੋਸਟ ਕਰਨਾ। ਸੋ ਗਿਆਨ ਦੀਆਂ ਕਿਰਿਆਵਾਂ ਦਾ ਕੇਂਦਰ ਹੈ ਲਾਇਬ੍ਰੇਰੀ। ਕਿਸੇ ਵੀ ਲਿਪੀ ਦੇ ਇਕੱਲੇ ਇਕੱਲੇ ਅੱਖਰਾਂ ਦੇ ਰਾਹੀਂ ਇਸ ਤਰ੍ਹਾਂ ਦੀ ਸਜਾਵਟ ਡਿਸਪਲੇ ਲਗਾਈ ਜਾ ਸਕਦੀ ਹੈ ਇਹਨਾਂ ਲਾਇਬ੍ਰੇਰੀਆਂ ਦੇ ਵਿੱਚ। ਸਾਡੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅਸਿਸਟੈਂਟ ਕਮਿਸ਼ਨਰ ਜਨਰਲ ਮਿਸਟਰ ਸਚਿਨ ਪਾਠਕ ਜੀ, ਅਸਿਸਟੈਂਟ ਕਮਿਸ਼ਨ ਜਨਰਲ ਬਠਿੰਡਾ ਤੋਂ ਪੰਕਜ ਜੀ, ਔਰ ਉਹਨਾਂ ਦੇ ਨਾਲ ਰੁਜ਼ਗਾਰ ਅਫਸਰ ਅੰਕਿਤਾ ਅਗਰਵਾਲ ਬਠਿੰਡਾ ਤੋਂ ਵੀ ਨਾਲ ਇਸ ਫੈਸਟੀਵਲ ਆਫ ਲਾਇਬ੍ਰੇਰੀਜ਼ ਦੇ ਵਿੱਚ, ਜਿਹੜਾ ਨੈਸ਼ਨਲ ਫੈਸਟੀਵਲ ਆ ਉਹਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਉਚੇਚੇ ਰੂਪ ਦੇ ਵਿੱਚ। ਬਹੁਤ ਪੁਰਾਣੀਆਂ ਕਿਤਾਬਾਂ ਦੇ ਬਹੁਤ ਪੁਰਾਣੇ ਪੇਪਰ ਨੂੰ ਅਸੀਂ ਸੰਭਾਲ ਕੇ ਕਿਵੇਂ ਰੱਖ ਸਕਦੇ ਹਾਂ, ਪ੍ਰਜ਼ਰਵ ਕਿਵੇਂ ਕਰ ਸਕਦੇ ਹਾਂ, ਉਸ ਦੀ ਜਿਹੜੀ ਵਿਧੀ ਹੈ ਇੱਥੇ ਦਿੱਤੀ ਗਈ ਸੀ ਕਿ ਕਿਵੇਂ ਅਸੀਂ ਉਸ ਨੂੰ ਲੈਮੀਨੇਟ ਕਰਕੇ ਕਿਵੇਂ ਰੱਖ ਸਕਦੇ ਹਾਂ ਤਾਂ ਕਿ ਉਹ ਪਾਣੀ ਦੇ ਵਿੱਚ ਜਿੰਨੀ ਦੇਰ ਮਰਜ਼ੀ ਰਹੇ ਉਹ ਖਰਾਬ ਨਹੀਂ ਹੋ ਸਕੇ। ਇਹ ਉਹ ਸਾਰੀ ਵਿਧੀ ਸੀਗੀ ਜਿਹੜੀ ਉੱਥੇ ਸਮਝਾਈ ਗਈ ਸੀ।
ਇਹ ਨੈਸ਼ਨਲ ਕਾਨਫਰੰਸ ਦਾ ਵੱਡਾ ਹਾਲ ਸੀ, ਜਿਸ ਵਿੱਚ ਭਾਰਤ ਦੇ ਨਾਮੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਨੇ ਲਾਇਬ੍ਰੇਰੀਆਂ ਦੇ ਖੇਤਰ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਸਨ, ਉਹਨਾਂ ਦੇ ਲੈਕਚਰ ਕਰਵਾਏ ਗਏ ਸਨ। ਉਹਨਾਂ ਨੂੰ ਵੀ ਇੱਥੇ ਵੱਡੀ ਤਾਦਾਦ ਦੇ ਵਿੱਚ ਹਾਜ਼ਰ ਡੈਲੀਗੇਟਸ ਵੱਲੋਂ ਧਿਆਨ ਦੇ ਨਾਲ ਸੁਣਿਆ ਗਿਆ ਤਾਂ ਕਿ ਆਪਣੇ ਆਪਣੇ ਖੇਤਰ ਵਿੱਚ ਇਹਨਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ।
part of the country. So I should write. So started writing, and then I thought I will finish it by 1 month, but it kept on going for 9-10 months. Because a lot of extensive research have to be made. So one, because I knew her, I wanted her story to be told for this work. ਫੈਸਟੀਵਲ ਆਫ ਲਾਇਬ੍ਰੇਰੀ ਦਾ ਦੂਸਰਾ ਦਿਨ ਹੈ। ਦੂਸਰੇ ਦਿਨ ਵਿੱਚ ਅੱਜ ਸਾਨੂੰ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਤੇ ਦੇਖਦੇ ਹਾਂ ਅੱਗੇ ਜਾ ਕੇ ਕਿੱਦਾਂ ਦਾ ਅੱਜ ਅਰੇਂਜਮੈਂਟ ਹੈਗੇ। ਕੱਲ ਕਿੱਦਾਂ ਦਾ ਲੱਗਾ ਪਹਿਲੇ ਦਿਨ? ਬਹੁਤ ਵਧੀਆ ਲੱਗਿਆ ਜੀ। ਤੇ ਕੀ ਦੇਖਿਆ ਸੀਗਾ ਇੱਥੇ? ਕੱਲ ਆਪਣੇ ਦੇਸ਼ ਦੇ ਰਾਸ਼ਟਰਪਤੀ ਮੈਡਮ ਦ੍ਰੌਪਦੀ ਮੁਰਮੂ ਜੀ ਨੇ ਇਹਦਾ ਉਦਘਾਟਨ ਕੀਤਾ ਤੇ ਕਾਫੀ ਸਾਰੀਆਂ ਜਿਹੜੇ ਕਿ ਐਗਜੀਬਿਸ਼ਨ ਲੱਗੇ ਹੋਏ ਸੀ, ਪੁਰਾਣੀ ਸਕ੍ਰਿਪਟ ਤੋਂ ਲੈ ਕੇ ਪੇਪਰ ਨੂੰ ਕਿੱਦਾਂ ਰੀਸਟੋਰ ਕਰਨਾ, ਡਿਜੀਟਲ ਟੈਕਨੋਲੋਜੀ ਦੇ ਹਿਸਾਬ ਨਾਲ ਬੁੱਕਸ ਨੂੰ ਕਿਸ ਤਰ੍ਹਾਂ ਰੀਡਿੰਗ ਕੀਤਾ ਜਾਂਦਾ, ਅੱਗੇ ਜਿਹੜਾ ਆਉਣ ਵਾਲੀ ਜਨਰੇਸ਼ਨ ਲਈ ਜਿਹੜਾ ਕੰਟੈਂਟ ਆ ਰਿਹਾ AI ਆਰਟੀਫਿਸ਼ਲ ਇੰਟੈਲੀਜੈਂਸ ਬੇਸਿਸ 'ਤੇ, ਉਹਦੇ ਨਾਲ ਕਾਫੀ ਚੀਜ਼ਾਂ ਅਪਡੇਟ ਕਰਨ ਨੂੰ ਜੋ ਕਿ ਸਮੇਂ ਦੀ ਮੰਗ ਹੈ, ਉਹਦੇ ਨਾਲ ਜਿਹੜਾ ਕਿ ਇਹਨਾਂ ਨੂੰ ਅਪਡੇਟ ਕਰਨ ਦਾ ਮੌਕਾ ਮਿਲਿਆ। ਬਹੁਤ ਵਧੀਆ ਲੱਗਿਆ, ਧੰਨਵਾਦ। ਕਹਾਣੀ ਸੁਣਾਓ ਤਾਂ ਉਹਨੇ ਕੀ ਕਹਾ?